नवकिरण सिंह एडवोकेट चंडीगढ़ तो साढ़े नाल इस वेले फोन लाइन के उत्ते जुड़े हुए हैं। नवकिरण सिंह जी स्वागत है तुहाडा काल चैनल ते। सब तो पहला नवकिरण जी तुहाडे तों जानना चाहांगे, पंजाब दे विच कई शख्सियतां नूं अजिहा नोटिस जारी होया, NIA वालों भेजे गए इस नोटिस दे की मायने असीं समझीए? देखो इस तरह NIA ने कोई केस रजिस्टर किया जी, जिहड़ा नोटिस दे विच उन्होंने डिटेल दित्ती हुई है जी कि जिहड़े खालिस्तान दीआं फोर्सेस हैगीआं ने जां होर जिहड़ीआं इस तरह दीआं ताकतां ने जिहड़ीआं कि इंडिया दे खिलाफ हैगीआं ने जी, ओह फंडिंग करके ते इत्थे अराजकता फैलाउण दी कोशिश कर रहीआं ने। ठीक, हुण उहदे विच लोकां नूं जिहड़ा हैगा नोटिस इशू कीते गए ने 15-20 बंदिआं नूं। ਤੇ ਇੱਕ ਲੁਧਿਆਣੇ ਦੀ ਪਾਰਟੀ ਸੀਗੀ ਜਿਹਨਾਂ ਨੇ ਕੋਈ ਬੱਸ ਅਰੇਂਜ ਕੀਤੀ ਹੋਈ ਸੀਗੀ ਤੇ ਫ੍ਰੀ ਟ੍ਰੈਵਲ ਕਰਾਉਂਦੇ ਸੀਗੇ ਸਿੰਘੂ ਬਾਰਡਰ ਤੱਕ, ਉਹਨਾਂ ਨੂੰ ਵੀ ਸੱਦਿਆ ਸੀ ਤੇ ਉਹਨਾਂ ਨੂੰ ਕੱਲ 2:30 ਵਜੇ ਉਹ ਪੇਸ਼ ਹੋਏ ਨੇ ਤੇ 2 ਘੰਟੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਨੇ ਐਕਸਪਲੇਨ ਕੀਤਾ ਵੀ ਅਸੀਂ ਸਾਨੂੰ ਕੋਈ ਫੰਡਿੰਗ ਨਹੀਂ ਕਰ ਰਿਹਾ, ਕੋਈ ਐਸੀ ਗੱਲ ਨਹੀਂ, ਅਸੀਂ ਆਪ ਪੈਸੇ ਇਕੱਠੇ ਕਰ ਰਹੇ ਹਾਂ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਠੀਕ, ਸੋ ਮੈਨੂੰ ਲੱਗਦਾ ਹੈ ਕਿ ਉਹ ਇਸ ਗੱਲ ਲਈ ਜ਼ਰੂਰ ਚਿੰਤਤ ਹੈਗੇ ਨੇ ਵੀ ਕੋਈ ਖਾਲਿਸਤਾਨ ਦੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਉਹ ਕੋਈ ਬ੍ਰੀਚ ਆਫ ਪੀਸ ਦੀ ਕੋਸ਼ਿਸ਼ ਨਾ ਕਰਨ ਜੀ ਇਹਦੇ ਰਾਹੀਂ, ਤੇ ਜਾਂ SSJ ਜਿਹੜੀ ਟੈਰੋਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਹੋ ਚੁੱਕੀ ਹੈ ਜੀ, ਉਹਦੇ ਬਾਰੇ ਵੀ ਸੁਪਰੀਮ ਕੋਰਟ ਵਿੱਚ ਹੇਅਰਿੰਗ ਦੇ ਵਿੱਚ ਹਵਾਲਾ ਦਿੱਤਾ ਗਿਆ ਹੈ ਤੇ ਦਿੱਲੀ ਪੁਲਿਸ ਨੇ ਵੀ ਐਪਲੀਕੇਸ਼ਨ ਲਗਾਈ ਹੈ ਵੀ ਜਿਹੜੀ ਟੈਰੋਰਿਸਟ ਆਰਗੇਨਾਈਜੇਸ਼ਨ ਹੈਗੀ ਹੈ ਉਹ ਆਪਣੇ ਬੰਦਿਆਂ ਦੇ ਰਾਹੀਂ ਗੱਲ ਕਰ ਰਹੀ ਹੈ, ਤੇ SFJ ਨੇ ਵੀ ਜਿਹੜਾ ਕਿਹਾ ਜੀ ਕਿ ਜਿਹੜੇ ਲੋਕ ਉੱਥੇ ਜਾਣਗੇ 26 ਜਨਵਰੀ ਨੂੰ ਅਸੀਂ ਉਹਨਾਂ ਨੂੰ ਪੈਸੇ ਦੇਵਾਂਗੇ, ਉਸ ਤੋਂ ਵੀ ਜਿਹੜੀ ਹੈ ਇੰਡੀਅਨ ਗਵਰਨਮੈਂਟ ਚਿੰਤਤ ਹੈਗੀ ਹੈ ਜੀ। ਸੋ ਮੇਰੇ ਖਿਆਲ ਉਸ ਕਰਕੇ ਨੋਟਿਸ ਇਸ਼ੂ ਕੀਤੇ ਨੇ। ਹੁਣ ਪਤਾ ਨੀ ਅਕਾਲ ਚੈਨਲ ਦਾ ਤਾਂ ਕੋਈ ਮੈਨੂੰ ਇਸ ਤਰ੍ਹਾਂ ਦਾ ਐਪਰੈਂਟ ਕੋਈ ਰੋਲ ਨਜ਼ਰ ਨਹੀਂ ਆ ਰਿਹਾ ਜੀ, ਬਾਕੀ ਚੈਨਲ ਵਾਲਿਆਂ ਨੂੰ ਖੁਦ ਪਤਾ ਹੋਏਗਾ। ਸਿੰਘ ਸਾਹਿਬ ਬਿਲਕੁਲ ਤੁਸੀਂ ਠੀਕ ਕਿਹਾ ਕਿ ਅਕਾਲ ਚੈਨਲ ਦਾ ਅਜਿਹਾ ਕੋਈ ਰੋਲ ਤਾਂ ਹੈ ਨਹੀਂ, ਲੇਕਿਨ ਹਾਂ ਜੇਕਰ ਨੋਟਿਸ ਭੇਜਿਆ ਗਿਆ ਤਾਂ ਜ਼ਿੰਮੇਵਾਰੀ ਵੀ ਨਿਭਾਈ ਜਾਏਗੀ, ਤਜਿੰਦਰ ਸਿੰਘ ਜ਼ਰੂਰ ਪਹੁੰਚਣਗੇ ਦਿੱਤੇ ਗਏ ਸਮੇਂ ਮੁਤਾਬਕ। ਲੇਕਿਨ ਅਸੀਂ ਇਹ ਵੇਖੀਏ ਕਿ ਭਾਰਤ ਸਰਕਾਰ ਦੇ ਜਿੰਨੇ ਅਜਿਹੇ ਅਧਾਰੇ ਨੇ ਇਹਨਾਂ ਦੀ ਗਲਤ ਇਸਤੇਮਾਲ ਗਲਤ ਵਰਤੋਂ ਕੀਤੇ ਜਾਣ ਦੀਆਂ ਗੱਲਾਂ ਪਿਛਲੇ ਤਕਰੀਬਨ 3-4 ਸਾਲਾਂ ਤੋਂ ਹੋ ਰਹੀਆਂ ਨੇ, ਕਿ ਕਿਸਾਨੀ ਸੰਘਰਸ਼ ਦੇ ਵਿੱਚ ਅਜਿਹਾ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਘਰਸ਼ ਹੋਰ ਮਜ਼ਬੂਤ ਹੋ ਰਿਹਾ, ਅਤੇ ਮਜ਼ਬੂਤ ਹੋ ਰਹੇ ਸੰਘਰਸ਼ ਦੇ ਅਜਿਹੇ ਮੀਡੀਆ ਜੇਕਰ ਕੋਈ ਹੈ ਜੋ ਉਹਨਾਂ ਦੀ ਸੱਚ ਦੀ ਗੱਲ ਸਾਹਮਣੇ ਰੱਖ ਰਿਹਾ, ਤਾਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਜੇਕਰ ਦਬਾਇਆ ਜਾ ਸਕੇ ਜਾਂ ਡਰਾਇਆ ਜਾ ਸਕੇ, ਤੁਹਾਨੂੰ ਅਜਿਹਾ ਕੁਝ ਲੱਗਦਾ? ਦੇਖੋ ਜਿਹੜੀਆਂ ਇੰਟੈਲੀਜੈਂਸ ਇਨਪੁਟਸ ਹੈਗੀਆਂ ਨੇ ਜਾਂ ਜਿਹੜੀਆਂ ਖਬਰਾਂ NIA ਕੋਲ ਹੈਗੀਆਂ ਨੇ ਉਹ ਪਬਲਿਕ ਡੋਮੇਨ 'ਚ ਤਾਂ ਹੈਗੀ ਨਹੀਂ ਜੀ, ਹੁਣ ਜਦ ਤੱਕ ਉਹ ਬਾਹਰ ਨਹੀਂ ਆਉਂਦੀਆਂ ਤੇ ਕਿਸੇ ਵੀ ਗੱਲ ਦੇ ਉੱਤੇ ਕਮੈਂਟ ਕਰਨਾ ਠੀਕ ਨਹੀਂ ਹੋਏਗਾ ਜੀ। ਲੇਕਿਨ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਦੇ ਜਿਹੜੇ 32 ਮੈਂਬਰ ਹੈਗੇ ਨੇ ਜੀ, ਉਹਨਾਂ ਦੇ ਵਿੱਚੋਂ ਵੀ ਬਲਦੇਵ ਸਿੰਘ ਸਰਸਾ ਹੋਰਾਂ ਨੂੰ ਨੋਟਿਸ ਭੇਜਿਆ ਗਿਆ, ਬਿਲਕੁਲ, ਤਾਂ ਲੋਕਾਂ ਦੇ ਮਨਾਂ ਵਿੱਚ ਇਹ ਜ਼ਰੂਰ ਇਹ ਜਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਇਸ ਮੂਵਮੈਂਟ ਨੂੰ ਬਦਨਾਮ ਕਰਨ ਲਈ ਜਾਂ ਇੱਕ ਡਰ ਦਾ ਮਾਹੌਲ ਪੈਦਾ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਪਰ ਕੀ ਵਾਕਈ NIA ਕੋਲ ਕੋਈ ਤੱਥ ਹੈਗੇ ਨੇ ਜਾਂ ਇਹਨਾਂ ਲੋਕਾਂ ਨੇ ਕੋਈ ਲਾਈਨ ਕ੍ਰੋਸ ਕੀਤੀ ਹੈ ਜਿਹਦੇ ਕਰਕੇ ਨੋਟਿਸ ਆਏ ਨੇ, ਇਹਦੇ ਬਾਰੇ ਤਾਂ ਉਹ ਲੋਕ ਜਾਣਦੇ ਹੋਣਗੇ ਜਾਂ NIA ਠੀਕ ਜਵਾਬ ਦੇ ਸਕੇਗੀ, ਕਿਉਂਕਿ ਹੈਰਾਨੀ ਇਸ ਕਰਕੇ ਹੁੰਦੀ ਹੈ ਨਵਕਿਰਨ ਜੀ ਕਿ ਅਚਾਨਕ ਹੀ ਅਜਿਹੇ ਨੋਟਿਸ ਜਾਰੀ ਕਰ ਦੇਣੇ, ਉਹ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ। ਉਸ ਤੋਂ ਬਾਅਦ ਬਤੌਰ ਸੀਨੀਅਰ ਵਕੀਲ ਤੁਹਾਡੀ ਕੋਈ ਤੁਹਾਨੂੰ ਕੀ ਲੱਗਦਾ ਕਿਸੇ ਤਰੀਕੇ ਦਾ ਅਜਿਹਾ ਨੁਕਸਾਨ ਜਿਹਨਾਂ ਨੂੰ ਨੋਟਿਸ ਜਾਰੀ ਹੋਇਆ ਹੋਵੇ? ਤੁਸੀਂ ਸਾਫ਼ ਪਹਿਲਾਂ ਕਿਹਾ ਕਿ ਜਿਹਨਾਂ ਨੂੰ ਨੋਟਿਸ ਜਾਰੀ ਹੋਇਆ ਇਹ ਤਾਂ ਉਹਨਾਂ ਨੂੰ ਹੀ ਪਤਾ ਹੋਏਗਾ ਕੀ ਇਨਵੋਲਵਮੈਂਟ ਕਿੰਨੀ ਜਾਂ ਨਾ ਜਾਂ ਹਾਂ। ਦੇਖੋ ਇਮੀਡੀਏਟ ਕਿਸੇ ਨੂੰ ਅਰੈਸਟ ਤਾਂ ਉਹਨਾਂ ਨੇ ਕੀਤਾ ਨਹੀਂ, ਡੈਫੀਨੇਟਲੀ ਬਿਲਕੁਲ, ਜਿਹੜੇ ਬੰਦੇ ਵੀ ਉਹਨਾਂ ਨੇ ਬੁਲਾਏ ਨੇ ਉਹਨਾਂ ਨੂੰ ਬੁਲਾ ਕੇ ਤੇ ਵਾਪਸ ਭੇਜ ਦਿੱਤਾ ਗਿਆ। ਸੋ ਕੀ ਹੈ ਐਕਸਾਈਜ਼ ਇੱਕ ਡਰ ਦਾ ਮਾਹੌਲ ਪੈਦਾ ਕਰਨ ਲਈ ਹੈ ਜਾਂ ਵਾਕਈ ਉਹਨਾਂ ਕੋਲ ਕੋਈ ਇੰਟੈਲੀਜੈਂਸ ਇਨਪੁਟ ਹੈਗੀ ਹੈ ਜੀ, ਇਹਦੇ ਬਾਰੇ ਕੋਈ ਵੀ ਕਹਿਣਾ ਮੁਨਾਸਬ ਨਹੀਂ ਹੋਏਗਾ, ਕਿਉਂਕਿ SFJ ਵੀ ਬਾਰ ਬਾਰ ਜਿਹੜੀ ਹੈਗੀ ਹੈ ਫੋਨ ਕਰ ਕਰਕੇ ਲੋਕਾਂ ਨੂੰ ਕਹਿ ਰਹੀ ਹੈ ਵੀ ਜਿਹੜਾ ਹੈਗਾ ਤੁਸੀਂ ਸਾਡਾ ਸਾਥ ਦਿਓ, ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਜੇ ਅਦਾਲਤ ਤੁਹਾਨੂੰ ਸੁਪਰੀਮ ਕੋਰਟ ਤੁਹਾਨੂੰ ਇਨਸਾਫ਼ ਨਹੀਂ ਦੇਵੇਗੀ ਤੇ ਅਸੀਂ ਜਿਹੜੀ ਹੈਗੀ ਯੂਨਾਈਟਿਡ ਨੇਸ਼ਨ ਕੋਲ ਜਾਵਾਂਗੇ ਜੀ, ਤੇ ਭੜਕਾਊ ਫੋਨ ਜਿਹੜੇ ਨੇ ਬਾਰ ਬਾਰ ਇੱਕ ਦਿਨ ਦੇ ਵਿੱਚ 3-3 ਵਾਰ ਕਿਸੇ ਬੰਦੇ ਕੋਲ ਆਉਣੇ ਤੇ ਸਰਕਾਰਾਂ ਜਿਹੜੀਆਂ ਚਿੰਤਤ ਤਾਂ ਹੁੰਦੀਆਂ ਨੇ। ਸੋ ਮੇਰਾ ਖਿਆਲ ਜੇ ਕੋਈ ਕੋਸ਼ਿਸ਼ ਵੀ ਕਰ ਰਿਹਾ ਹੈ ਕਿ ਕਿਸਾਨ ਦੇ
ਜਿਹੜੇ ਐਜੀਟੇਸ਼ਨ ਦੇ ਵਿੱਚ ਜੀ ਕੋਈ ਆਪਣੇ ਲਈ ਇਹਦਾ ਕੋਈ ਲਾਹਾ ਲੈਣ ਦੀ ਤੇ ਮੈਂ ਉਹਨੂੰ ਕਹਾਂਗਾ ਕਿ ਬਿਲਕੁਲ ਨਾ ਕਰੇ। ਰਾਜੇਵਾਲ ਹੋਰਾਂ ਨੇ ਵੀ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ ਵੀ ਜਿਹੜੀਆਂ ਫੋਰਸਿਸ ਚਾਹ ਰਹੀਆਂ ਨੇ ਕਿ ਇਹਦਾ ਕੋਈ ਲਾਹਾ ਲਿਆ ਜਾਵੇ ਉਹ ਕਾਇੰਡਲੀ ਰਿਫਰੇਨ ਕਰਨ ਜੀ। ਉਹ ਮੈਨੂੰ ਨੀ ਪਤਾ ਉਹਨਾਂ ਦਾ ਇਸ ਬਾਰੇ ਕਿਹਦੇ ਵੱਲ ਇਸ਼ਾਰਾ ਹੈਗਾ ਡੈਫੀਨੇਟਲੀ, ਲੇਕਿਨ ਹਰ ਸ਼ਖਸ ਨੂੰ ਚਾਹੀਦਾ ਹੈ ਕਿ ਫਾਰਮਰ ਐਜੂਕੇਸ਼ਨ ਨੂੰ ਪਿਓਰਲੀ ਫਾਰਮਰ ਐਜੂਕੇਸ਼ਨ ਰਹਿਣ ਦਿੱਤਾ ਜਾਵੇ ਜੀ, ਤਾਂ ਕਿ ਉਹਦਾ ਕੋਈ ਫਾਰਮਰ ਨੂੰ ਫਾਇਦਾ ਹੋ ਸਕੇ। ਇਹ ਨਾ ਹੋਏ ਕਿ ਮੂਵਮੈਂਟ ਨੂੰ ਬਦਨਾਮ ਕਰਕੇ ਮੂਵਮੈਂਟ ਫਿਜ਼ਲ ਆਊਟ ਹੋ ਜਾਏ ਜੀ, ਤੇ ਜਿਹੜੇ ਉਹਨਾਂ ਦੇ ਮਸਲੇ ਨੇ ਉਹ ਹੱਲ ਨਾ ਹੋਣ। ਨਵਕਿਰਨ ਜੀ, ਤੁਸੀਂ ਬਿਲਕੁਲ ਠੀਕ ਕਿਹਾ ਕਿ ਫਾਰਮਰ ਐਜੂਕੇਸ਼ਨ ਨੂੰ ਸਿਰਫ ਕਿਸਾਨਾਂ ਦਾ ਸੰਘਰਸ਼ ਹੀ ਰਹਿਣ ਦਿੱਤਾ ਜਾਏ, ਲੇਕਿਨ ਜੇਕਰ ਕੋਈ ਇੰਡੀਵਿਜੁਅਲ ਭਾਰਤ ਦੇ ਵਿੱਚ ਜਾਂ ਬਾਹਰ ਬੈਠਾ ਕਿਸੇ ਤਰੀਕੇ ਦੀ ਸਪੋਰਟ ਕਰਨਾ ਚਾਹ ਰਿਹਾ, ਤਦ ਕੀ ਉਹਨਾਂ ਦੇ ਵੱਲੋਂ ਇਹ ਗੁਨਾਹ ਹੋ ਗਿਆ ਕਿ ਜੇਕਰ ਕਿਸਾਨਾਂ ਨੂੰ ਅਸੀਂ ਕਿਸਾਨਾਂ ਦੇ ਹੱਕ ਦੇ ਲਈ ਕਿਸਾਨਾਂ ਦੇ ਨਾਲ ਮਿਲ ਕੇ ਆਵਾਜ਼ ਬੁਲੰਦ ਕਰ ਦਿੱਤੀ? ਬਿਲਕੁਲ, ਆਵਾਜ਼ ਬੁਲੰਦ ਕਰਨੀ ਚਾਹੀਦੀ। ਅਸੀਂ ਵਕੀਲਾਂ ਨੇ ਵੀ ਆਵਾਜ਼ ਬੁਲੰਦ ਕੀਤੀ ਹੈ, ਅਸੀਂ ਰੋਜ਼ ਉਹਨਾਂ ਵਾਸਤੇ ਧਰਨੇ ਤੇ ਬੈਠਦੇ ਹਾਂ, ਵਕੀਲਾਂ ਦੇ ਜੱਥੇ ਵੀ ਅਸੀਂ ਭੇਜੇ ਨੇ, ਫ੍ਰੀ ਲੀਗਲ ਏਡ ਵੀ ਅਸੀਂ ਦੇ ਰਹੇ ਹਾਂ ਜੀ। ਇਸ ਵਿੱਚ ਕੋਈ ਦੋ ਰਾਇਆ ਨਹੀਂ, ਫਾਰਮਰਸ ਦਾ ਹਰ ਪਾਸੋਂ ਜਿਹੜਾ ਹੈਗਾ ਮਦਦ ਹੋ ਰਹੀ ਹੈ ਐਂਡ ਮਦਦ ਕਰਨੀ ਚਾਹੀਦੀ ਹੈ ਜੀ। ਲੇਕਿਨ ਜਿਹੜੀਆਂ ਤਾਕਤਾਂ ਐਂਟੀ ਇੰਡੀਆ ਹੈਗੀਆਂ ਨੇ, ਹਨਾ, ਹੁਣ ਐਂਟੀ ਇੰਡੀਆ ਦਾ ਜਿਹੜਾ ਤਾਂ ਡੈਮੋਕ੍ਰੇਟਿਕਲੀ ਕੋਈ ਚੀਜ਼ਾਂ ਕਰ ਰਹੀਆਂ ਉਹ ਠੀਕ ਹੈ, ਲੇਕਿਨ ਸਰਕਾਰਾਂ ਨੇ ਵੀ ਡਰਨਾ ਹੁੰਦਾ ਤੇ ਮੈਂ ਇਹੀ ਕਹਾਂਗਾ ਕਿ ਆਪਣੇ ਹੱਦਾਂ 'ਚ ਰਹਿ ਕੇ ਮਦਦ ਜ਼ਰੂਰ ਕਰਨੀ ਚਾਹੀਦੀ, ਇਸ ਤੋਂ ਡਰਨਾ ਨਹੀਂ ਚਾਹੀਦਾ ਬਿਲਕੁਲ, ਤੇ ਨਾ ਹੀ ਸਰਕਾਰ ਨੂੰ ਝੂਠੇ ਕੇਸ ਪਾਉਣੇ ਚਾਹੀਦੇ ਨੇ। ਤੇ ਨਵਕਿਰਨ ਜੀ, ਤੁਸੀਂ ਇੱਥੇ ਪਬਲਿਕ ਡੋਮੇਨ ਦੀ ਗੱਲ ਕੀਤੀ ਕਿ ਜਿਸ ਵੇਲੇ ਐਨਆਈਏ ਵਰਗਾ ਅਦਾਰਾ ਕਿਸੇ ਤਰੀਕੇ ਦਾ ਨੋਟਿਸ ਜਾਰੀ ਕਰੇ ਉਹ ਗੱਲਾਂ ਪਹਿਲਾਂ ਪਬਲਿਕ ਡੋਮੇਨ ਦੇ ਵਿੱਚ ਨਹੀਂ ਹੁੰਦੀਆਂ, ਲੇਕਿਨ ਭਾਰਤੀ ਮੀਡੀਆ ਜਿਹਨੂੰ ਅਸੀਂ ਗੋਦੀ ਮੀਡੀਆ ਇਸ ਵੇਲੇ ਕਹਿ ਲਈਏ, ਉਹਨਾਂ ਨੇ ਤਾਂ ਪਿਛਲੇ ਤਕਰੀਬਨ 10 ਦਿਨਾਂ ਦੇ ਵਿੱਚ ਖਾਲਿਸਤਾਨੀ ਵੱਖਵਾਦੀ ਨਕਸਲਾਈਟ ਲੋਕਾਂ ਦੇ ਨਾਮ ਦੇ ਉੱਤੇ ਭਿੰਡਰਾਂਵਾਲੇ ਦੀ ਤਸਵੀਰ ਲੱਗੀ ਆ ਉਸਦੇ ਮਾਇਨੇ ਕੱਢ ਦਿੱਤੇ, ਜਗਤਾਰ ਸਿੰਘ ਹਵਾਰਾ ਦੀ ਤਸਵੀਰ ਲੱਗੀ ਆ ਉਸਦੇ ਮਾਇਨੇ ਕੱਢ ਦਿੱਤੇ, ਇਹ ਸਾਰਾ ਪ੍ਰਚਾਰਿਆ ਜਾ ਰਿਹਾ ਸੀ। ਇਹ ਲੱਗਦਾ ਨਹੀਂ ਕਿ ਇੱਕ ਬੇਸ ਤਿਆਰ ਕੀਤਾ ਜਾ ਰਿਹਾ ਸੀ ਕਿ ਜਿਸ ਵੇਲੇ ਨੋਟਿਸ ਜਾਰੀ ਕਰਾਂਗੇ ਉਸ ਵੇਲੇ ਕਿਸੇ ਤਰੀਕੇ ਦਾ ਹੋਹਲਾ ਹੋਏ ਨਾ, ਕਿਉਂਕਿ ਅਫਵਾਹਾਂ ਦੇ ਤੌਰ ਦੇ ਵਿੱਚ ਖਬਰਾਂ ਪਹਿਲਾਂ ਹੀ ਪਹੁੰਚੀਆਂ ਹੋਣਗੀਆਂ ਹਰ ਇੱਕ ਦੇ ਕੰਨ ਤੱਕ? ਇਹ ਜਿਹੜੀ ਗੱਲ 10 ਦਿਨਾਂ ਤੋਂ ਨਹੀਂ ਸ਼ੁਰੂ ਹੋਈ, ਜਦ ਦਾ ਐਜੂਕੇਸ਼ਨ ਸ਼ੁਰੂ ਹੋਈ ਹੈ, ਸ਼ੰਭੂ ਬੈਰੀਅਰ ਤੇ ਵੀ ਜਦੋਂ ਹੋਈਆਂ ਨੇ ਗੱਲਾਂ ਜੀ, ਈਵਨ ਦੀਪ ਸਿੱਧੂ ਨੂੰ ਇਹ ਕਿਹਾ ਗਿਆ ਇਹ ਖਾਲਿਸਤਾਨ ਪੱਖੀ ਹੈਗਾ, ਤੇ ਇਹ ਸ਼ੁਰੂ ਤੋਂ ਹੀ ਇਹਨਾਂ ਦੀ ਕੋਸ਼ਿਸ਼ ਰਹੀ ਹੈ ਜੀ ਵੀ ਇਹਨਾਂ ਨੂੰ ਬਦਨਾਮ ਕਰਕੇ ਲੋਕਾਂ ਨੂੰ ਇਹਨਾਂ ਦੇ ਖਿਲਾਫ਼ ਕੀਤਾ ਜਾਵੇ, ਪਰ ਹਾਲ ਤੱਕ ਇਹ ਕਾਮਯਾਬ ਨਹੀਂ ਹੋਏ। ਪਰ ਸਾਨੂੰ ਵੀ ਸਾਰਿਆਂ ਨੂੰ ਚਾਹੀਦਾ, ਜਿਹੜੇ ਅਸੀਂ ਸਿੰਸੀਅਰਲੀ ਚਾਹੁੰਦੇ ਹਾਂ ਵੀ ਫਾਰਮਰਸ ਦੇ ਜਿਹੜੇ ਹੈਗੇ ਆ ਹੱਕਾਂ ਦੀ ਗੱਲ ਹੋਵੇ ਬਿਲਕੁਲ, ਕਿ ਕੋਈ ਵੀ ਐਸੀ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਕਿ ਸਰਕਾਰ ਨੂੰ ਕੋਈ ਬਹਾਨਾ ਮਿਲੇ। ਡੈਫੀਨੇਟਲੀ, ਅਮੂਮਨ ਅਸੀਂ ਸਿੰਘੂ ਬਾਰਡਰ ਦੀ ਜੇਕਰ ਗੱਲ ਕਰ ਲਈਏ, ਹਾਂ ਉੱਥੇ ਕਿਸਾਨਾਂ ਦਾ ਇੱਕ ਵੱਡਾ ਇਕੱਠ ਹੈ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਪਹੁੰਚੇ ਉੱਥੇ ਕਿਸਾਨ ਨੇ ਜੋ ਸਿੱਖ ਧਰਮ ਦੇ ਨਾਲ ਤਾਲੁਕਾਤ ਰੱਖਦੇ ਨੇ। ਹਮੇਸ਼ਾ ਅਜਿਹਾ ਕਿਉਂ ਕਿ ਜਿੱਥੇ ਇੱਕ ਵੱਡਾ ਸਿੱਖਾਂ ਦੀ ਵੱਡੀ ਗਿਣਤੀ ਇਕੱਤਰ ਹੋਣ ਲੱਗੇ, ਭਾਵੇਂ ਸਿੰਘੂ ਬਾਰਡਰ ਜਾਂ ਪਿਛਲੇ ਸਾਲ 2019 ਦੇ ਵਿੱਚ ਜਿਸ ਵੇਲੇ ਕਰਤਾਰਪੁਰ ਕੋਰੀਡੋਰ ਖੁੱਲ੍ਹਾ ਸੀ, ਉਸ ਵੇਲੇ ਥੋੜ੍ਹੀ ਐਨ ਆਈ ਏ ਇੰਨੀ ਕੁ ਥੋੜ੍ਹੀ ਚੁਕੰਨਾ ਹੋ ਜਾਂਦੀ ਹੈ ਕਿ ਉਹਨੂੰ ਸਰਹੱਦ ਪਾਰ ਵੀ ਅਜਿਹੇ ਲੋਕ ਨਜ਼ਰ ਆਉਂਦੇ ਨੇ ਜੋ ਖਾਲਿਸਤਾਨ ਦੀ ਸਪੋਰਟ ਕਰ ਰਹੇ ਹੁੰਦੇ ਨੇ, ਤਾਂ ਹੁਣ ਆਪਣੀ ਸਰਹੱਦ ਦੇ ਅੰਦਰ ਵੀ ਅਜਿਹੇ ਲੋਕਾਂ ਦੇ ਉੱਤੇ ਭਾਵੇਂ ਕੰਮ ਕਰਨਾ ਹੋਏ ਜਿਨ੍ਹਾਂ ਦੇ ਜਿਸ ਧਾਰਾਵਾਂ ਦੇ ਤਹਿਤ ਹੁਣ ਮਾਮਲਾ ਦਰਜ ਹੋਇਆ ਹੋਏ, ਲੇਕਿਨ ਪੁੱਛ ਪੜਤਾਲ ਤਾਂ ਉਹਨਾਂ ਲੋਕਾਂ ਤੋਂ ਹੀ ਬਿਨਾਂ ਆਧਾਰ ਦੇ ਕੀਤੀ ਜਾ ਰਹੀ ਹੈ ਨਾ, ਕਿ ਜਿਨ੍ਹਾਂ ਦਾ ਨਾ ਸਿਰ ਨਾ ਪੈਰ ਕਿਸੇ ਵੀ ਤਰੀਕੇ ਦੇ ਨਾਲ ਇਨਵੋਲਵਮੈਂਟ। ਤੁਹਾਨੂੰ ਨਹੀਂ ਲੱਗਦਾ ਅਜਿਹਾ? ਨਹੀਂ, ਸਾਨੂੰ ਇਹ ਲੱਗਦਾ ਹੈ ਕਿ ਮੂਵਮੈਂਟ ਨੂੰ ਬਦਨਾਮ ਕਰਨ ਲਈ, ਫਾਰਮਰ ਐਜੂਕੇਸ਼ਨ ਨੂੰ ਬਦਨਾਮ ਕਰਨ ਲਈ ਤੇ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਕੇ ਇੱਕ ਡਰ ਦਾ ਮਾਹੌਲ ਕਾਇਮ ਕਰਨ ਲਈ ਇਹ ਸਭ ਐਨਆਈਏ ਕਰ ਰਹੀ ਹੈ, ਲੇਕਿਨ ਕੀ ਐਨਆਈਏ ਦੇ ਕੋਲ ਕੋਈ ਤੱਥ ਹੈਗੇ ਜਾਂ ਨਹੀਂ ਹੈਗੇ ਇਹਦੇ ਬਾਰੇ ਕੋਈ ਯਕੀਨੀ ਤੌਰ ਤੇ ਨਹੀਂ ਕਿਹਾ ਜਾ ਸਕਦਾ। ਸੋ ਐਨਆਈਏ ਨੂੰ ਬੈਨੀਫਿਟ ਆਫ ਡਾਊਟ ਦੇਵਾਂਗਾ ਮੈਂ, ਹੋ ਸਕਦਾ ਉਹਨਾਂ ਕੋਲ ਕੋਈ ਤੱਥ ਹੈਗੇ ਨੇ ਜਿਨ੍ਹਾਂ ਦੇ ਬੇਸ ਤੇ ਉਹਨਾਂ ਨੇ ਐਫ ਆਈ ਆਰ ਰਜਿਸਟਰ ਕੀਤੀ ਹੈ ਜੀ, ਕਿਉਂਕਿ ਐਫ ਆਈ ਆਰ ਬਿਨਾਂ ਤੱਥਾਂ ਤੋਂ ਰਜਿਸਟਰ ਨਹੀਂ ਹੁੰਦੀ ਬਿਲਕੁਲ, ਤੇ ਉਹ ਤੱਥ ਸਾਹਮਣੇ ਆਉਣਗੇ ਸਮੇਂ ਦੇ ਨਾਲ ਜੀ, ਲੇਕਿਨ ਜਿਸ ਤਰੀਕੇ ਨਾਲ ਇਹ ਗੱਲਾਂ ਹੋ ਰਹੀਆਂ ਨੇ ਜੀ, ਉਸ ਤਰੀਕੇ ਨਾਲ ਇੱਕ ਡਰ ਦਾ ਮਾਹੌਲ ਜ਼ਰੂਰ ਪੈਦਾ ਹੋ ਰਿਹਾ ਬਿਲਕੁਲ, ਤੇ ਮੈਂ ਤਾਂ ਹੀ ਬਾਰ ਬਾਰ ਕਹਿ ਰਿਹਾ ਕਿ ਇਹਨੂੰ ਨਿਰੋਲ ਫਾਰਮਰ ਐਜੂਕੇਸ਼ਨ ਰਹਿਣ ਦਿੱਤਾ ਜਾਵੇ ਬਿਲਕੁਲ, ਤੇ ਇਹਦੇ ਵਿੱਚ ਜਿਹੜਾ ਹੈਗਾ ਜਿਹਨਾਂ ਦੇ ਵੀ ਕੁਝ ਏਜੰਡੇ ਹੈਗੇ ਨੇ ਜਿਹੜੇ ਡੈਮੋਕ੍ਰੇਟਿਕ ਪ੍ਰੋਸੈਸ ਦੇ ਵਿੱਚ ਆਉਂਦੇ ਨੇ ਉਹਨਾਂ ਆਪਣੇ ਏਜੰਡੇ ਨੂੰ ਇਸ ਤੋਂ ਦੂਰ ਰੱਖ ਲੈਣ ਤੇ ਬੜਾ ਅੱਛਾ ਰਹੇਗਾ, ਨਹੀਂ ਤਾਂ ਫਾਰਮਰਸ ਦਾ ਵੀ ਨੁਕਸਾਨ ਹੋਏਗਾ ਜੀ। ਨਵਕਿਰਨ ਜੀ, ਅਖੀਰ ਦੇ ਵਿੱਚ ਕੋਈ ਮੈਸੇਜ ਜ਼ਰੂਰ ਦਿਓ
अकाल चैनल के दर्शकों क्योंकि संघर्ष जिहड़ा मर्जी होवे उसनू खालिस्तानी रंग देने की कोशिशां जेकर कीतियां जा रहियां ने तां एक व्यूअर की की जिम्मेवारी बनती है, किन्नी जागरूकता सानू रखनी चाहिए है? देखो सरकारां ने मूवमेंट्स नू बदनाम करना हुंदा है जी, लेकिन मैं बार बार यह कह रहा कि साडे वालों कोई गलती नहीं होनी चाहिए। ठीक, सानू खालिस्तानी कही जान हर हर सिख जिहदी खुली दाड़ी हैगी अमृतधारी हैगा वो कुछ कुछ लोगों खालिस्तानी नजर आंदा है। एंड इस करके जिहड़ा हैगा बदनाम तो सानू इन्होंने करते रहना है, लेकिन साडे वालों कोई गलती नहीं होनी चाहिए, साडे वालों कोई इहो जिहा बहाना नहीं मिलना चाहिए। जी बिल्कुल नवकिरण जी, धन्यवाद करांगे तुहाडा, तुसीं अपना समां दित्ता, आने वाले समय दे विच वी जेकर लोड़ पई तुहाडे नाल गलबात करन दे लई, तुहाडे विचार सांझे करन दे लई तां जरूर तुहानू डिस्टर्ब करांगे जी। धन्यवाद तुहाडा अकाल चैनल दे दर्शकां दे सामने अपने विचार रखण दे जी। वाहिगुरु जी का खालसा, वाहिगुरु जी की फतेह। वाहिगुरु जी की फतेह। अकाल चैनल नू सबस्क्राइब करो, नवी वीडियोस दी नोटिफिकेशन दे लई बैल आइकन नू क्लिक करना ना भूलना।